हाँ जी, की हाल चाल है जी सारयां दे। अज आपां पंजाबी सिंगर बाई अमरजीत बारे गल करांगे। गाउण दे नाल नाल उहनां दे चेहरे दा हासा ते उहनां दे नच्चण दा स्टाइल बहुत मशहूर है, जिस नूं लोग काफ़ी पसंद करदे ने। इस वीडियो विच आपां उहनां दे जीवन, स्ट्रगल, सिंगिंग कैरियर ते परसनल लाइफ बारे गल करांगे। सो सब तों पहलां इहनां दा असल नाम है सरदार अमरजीत सिंह। दरअसल इहनां दे दोस्त मित्र उहनां नूं प्यार नाल बाई जी कह के बुलाउंदे ने। ऐसे करके इहनां ने अपने नाम अमरजीत सिंह दे अगे बाई जी ला के अपना नाम बाई अमरजीत रख लिया। जे इन्हां दे जन्म बारे गल करिए तां इन्हां दा जन्म जिला साहिबजादा अजीत सिंह नगर तहसील खरड़ दे पिंड टोडर माजरा विच होया। इन्हां दा जन्म एक जट सिख परिवार विच होया जो कि खेतीबाड़ी दा काम करदे ने। तुहानूं दस दईए कि बाई अमरजीत अपने पिंड टोडर माजरा दे सरपंच भी रह चुके ने। बाई अमरजीत दे भरा चंडीगढ़ सर्विस करदे ने, जिस करके उह टोडर माजरे तों चंडीगढ़ आ के रहिण लग पए। सिंगिंग लाइन च आउण करके बाई अमरजीत मोहाली आ के रहिण लग पिया। उन्हां दा पिंड मोहाली तों 15-20 किलोमीटर दूर है, जिस करके वह पिंड विच आउंदे जांदे रहिंदे ने। बाई अमरजीत बचपन विच रेडियो वगैरह उत्ते गीत सुनदे हुंदे सी। रेडियो सुनदे सुनदे कदों गाउण दा शौक हो गया ਇਹ ਤਾਂ ਬਾਈ ਅਮਰਜੀਤ ਨੂੰ ਵੀ ਪਤਾ ਨਹੀਂ ਲੱਗਾ। ਫਿਰ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਾਮ ਸਵੇਰੇ ਕੀਰਤਨ ਵੀ ਕਰਦੇ ਹੁੰਦੇ ਸੀ। ਉਹਨਾਂ ਦੇ ਪਿੰਡ ਦੇ ਪਾਠੀ ਨੇ ਬਾਈ ਅਮਰਜੀਤ ਨੂੰ ਥੋੜਾ ਥੋੜਾ ਹਾਰਮੋਨੀਅਮ ਵੀ ਸਿਖਾਇਆ। ਸੋ ਗੁਰੂ ਘਰ ਤੋਂ ਉਹਨਾਂ ਦੀ ਸ਼ੁਰੂਆਤ ਹੋਈ। ਬਚਪਨ ਵਿੱਚ ਉਹ ਕੁਲਦੀਪ ਮਾਣਕ, ਮੁਹੰਮਦ ਸੰਦੀਕ ਤੇ ਚਮਕੀਲੇ ਦੇ ਗੀਤ ਸੁਣਿਆ ਕਰਦੇ ਸੀ। ਜਦੋਂ ਉਹਨਾਂ ਦੇ ਸਕੂਲ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਉਹ ਜ਼ਿਆਦਾਤਰ ਕੁਲਦੀਪ ਮਾਣਕ ਦੇ ਗਾਣੇ ਗਾਇਆ ਕਰਦੇ ਸੀ। ਗਾਉਣ ਦੇ ਨਾਲ ਨਾਲ ਉਹ ਆਪਣੇ ਗੀਤ ਖੁਦ ਲਿਖਦੇ ਨੇ। ਹਾਲਾਂਕਿ ਉਹਨਾਂ ਦੀ ਮਾਤਾ ਜੀ ਚਾਹੁੰਦੇ ਸੀ ਕਿ ਬਾਈ ਅਮਰਜੀਤ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਤੇ ਲੱਗਣ, ਪਰ ਉਹਨਾਂ ਨੂੰ ਗਾਉਣ ਦਾ ਸ਼ੌਂਕ ਸੀ। ਆਪਣੇ ਗਾਉਣ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਸਿੰਗਿੰਗ ਲਾਈਨ ਵਾਲੇ ਪਾਸੇ ਆ ਗਏ। ਉਹਨਾਂ ਦਾ ਇਹ ਸ਼ੌਂਕ ਕਦੋਂ ਉਹਨਾਂ ਦਾ ਪ੍ਰੋਫੈਸ਼ਨ ਬਣ ਗਿਆ ਇਹ ਤਾਂ ਬਾਈ ਅਮਰਜੀਤ ਨੂੰ ਵੀ ਨਹੀਂ ਪਤਾ ਲੱਗਾ। ਜੇ ਉਹਨਾਂ ਦੇ ਕੁਝ ਸੁਪਰ ਹਿੱਟ ਸੌਂਗਸ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਸੌਂਗ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਮੇਰੇ ਹਿੱਸੇ ਆਈ ਮਾਂ ਸੁਪਰ ਹਿੱਟ ਰਿਹਾ। ਉਹਨਾਂ ਦਾ ਸੌਂਗ ਸੋਫੀਆਂ ਦੇ ਹੁੰਦੇ ਕਾਦੇ ਵਿਆਹ ਨਹੀਂ, ਪੈਗ ਲਾਉਣ ਦੇ ਸੋਹਣੀਏ ਵੀ ਸੁਪਰ ਹਿੱਟ ਰਿਹਾ, ਜੋ ਕਿ ਹਰ ਵਿਆਹ ਪ੍ਰੋਗਰਾਮ ਤੇ ਵੱਜਦਾ ਹੈ। ਵੈਸੇ ਬਾਈ ਅਮਰਜੀਤ ਸ਼ਰਾਬ ਨਹੀਂ ਪੀਂਦੇ, ਇਹ ਗਾਣਾ ਉਹਨਾਂ ਨੇ ਸਿਰਫ ਐਂਟਰਟੇਨਮੈਂਟ ਲਈ ਗਾਇਆ। ਉਹਨਾਂ ਦਾ ਇੱਕ ਹੋਰ ਗਾਣਾ ਕਾਫੀ ਸੁਪਰ ਡੁਪਰ ਹਿੱਟ ਰਿਹਾ, ਜਿਸ ਦੇ ਬੋਲ ਨੇ ਮੰਗਦੀ ਯਾਰਾਂ ਤੋਂ ਹੁਣ ਛੱਲਾ ਨਹੀਂ ਤੇਰੀ ਭੈਣ ਭਾਬੀ ਏ। ਇਹ ਗਾਣਾ ਵੀ ਹਰ ਵਿਆਹ ਮੌਕੇ ਡੀਜੇ ਤੇ ਜ਼ਰੂਰ ਵੱਜਦਾ ਹੈ। ਸੋ ਇੱਦਾਂ ਉਹਨਾਂ ਨੇ ਬਹੁਤ ਸਾਰੇ ਹਿੱਟ ਸੌਂਗ ਲਿਖੇ ਤੇ ਗਾਏ, ਜਿੱਦਾਂ ਕਿ ਟੀਚਰ, ਕੰਜੂਸ ਜੱਟ, ਬੇਬੇ ਬਾਪੂ, ਮਾਂ, ਧੀਆਂ, ਫੈਸਲਾ, ਬਾਬੇ ਦੀ ਫੁੱਲ ਕਿਰਪਾ, 3 Star, ਬਚਪਨ, ਸ਼ੌਂਕੀ ਜੱਟ, ਸ਼ੌਂਕ ਦੇ ਗੇੜੇ, ਬਾਬੇ ਤੇ ਜਵਾਨੀ ਤੇ ਪਿੰਡ ਦੀਆਂ ਗਲੀਆਂ। ਸੋ ਇੱਦਾਂ ਬਾਈ ਅਮਰਜੀਤ ਹਮੇਸ਼ਾ ਸੱਭਿਆਚਾਰ ਨੂੰ ਮੁੱਖ ਰੱਖ ਕੇ ਹੀ ਗੀਤ ਲਿਖਦੇ ਤੇ ਗਾਉਂਦੇ ਨੇ। ਉਹ ਹਰ ਤਰ੍ਹਾਂ ਦੇ ਗੀਤ ਜਿੱਦਾਂ ਕਿ ਰੋਮਾਂਟਿਕ, ਨੱਚਣ ਟੱਪਣ ਵਾਲੇ, ਸੈਡ ਤੇ ਡਿਊਟ ਸੌਂਗ ਗਾਉਂਦੇ ਨੇ। ਲੋਕ ਜ਼ਿਆਦਾਤਰ ਉਹਨਾਂ ਦੇ ਨੋਕ ਝੋਕ ਵਾਲੇ ਯਾਨੀ ਕਿ ਡਿਊਟ ਸੌਂਗ ਜ਼ਿਆਦਾ ਪਸੰਦ ਕਰਦੇ ਨੇ। ਬਾਈ ਅਮਰਜੀਤ ਨੂੰ ਲਾਈਵ ਸ਼ੋਅਜ਼ ਵਿੱਚ ਗਾਉਣਾ ਜ਼ਿਆਦਾ ਵਧੀਆ ਲੱਗਦਾ ਹੈ। ਉਹ ਪ੍ਰੋਗਰਾਮ ਤੇ ਕੋਈ ਪਲਾਨਿੰਗ ਕਰਕੇ ਨਹੀਂ ਜਾਂਦੇ, ਉਹ ਮਾਹੌਲ ਦੇ ਹਿਸਾਬ ਨਾਲ ਰੰਗ ਬੰਨ ਦਿੰਦੇ ਨੇ। ਉਹ ਬਿਨਾਂ ਫੋਕ ਡਰੈਸ ਤੋਂ ਪ੍ਰੋਗਰਾਮ ਤੇ ਨਹੀਂ ਜਾਂਦੇ ਤੇ ਉਹਨਾਂ ਦੇ ਹੱਥ ਵਿੱਚ ਇੱਕ ਤੁੰਬੀ ਵੀ ਜ਼ਰੂਰ ਹੁੰਦੀ ਹੈ। ਲਾਈਵ ਸ਼ੋਅਜ਼ ਦੇ ਵਿੱਚ ਬਾਈ ਅਮਰਜੀਤ ਜਿਸ ਤਰੀਕੇ ਨਾਲ ਨੱਚਦੇ ਨੇ, ਉਹਨਾਂ ਦੇ ਵੱਖਰੇ ਵੱਖਰੇ ਸਟੈਪ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਨੇ। ਉਦਾਸ ਚਿਹਰੇ ਵੀ ਉਹਨਾਂ ਦਾ ਲਾਈਵ ਸ਼ੋਅ ਦੇਖ ਕੇ ਮੁਸਕਰਾ ਉੱਠਦੇ ਨੇ। ਬਾਈ ਅਮਰਜੀਤ ਖੁਦ ਇੱਕ ਵਧੀਆ ਇਨਸਾਨ ਨੇ, ਉਹਨਾਂ 'ਚ ਕੋਈ ਹੰਕਾਰ ਨਹੀਂ ਵੀ ਮੈਂ ਸਿੰਗਰ ਬਣ ਗਿਆ ਜਾਂ ਕੁਝ ਹੋਰ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਪਿਆਰੀ ਜਿਹੀ ਮੁਸਕਰਾਹਟ ਰਹਿੰਦੀ ਹੈ ਜੋ ਕਿ ਉਹਨਾਂ ਦੇ ਚਾਹਣ ਵਾਲੇ ਪਸੰਦ ਕਰਦੇ ਨੇ। ਬਾਈ ਅਮਰਜੀਤ ਨੇ ਭਾਰਤ, ਪੰਜਾਬ ਦੇ ਨਾਲ ਨਾਲ ਬਾਹਰਲੇ ਮੁਲਕਾਂ ਜਿੱਦਾਂ ਕਿ ਅਮੈਰੀਕਾ, ਕੈਨੇਡਾ, ਯੂਰਪ, ਨਿਊਜ਼ੀਲੈਂਡ, ਇੰਗਲੈਂਡ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮ ਲਾਏ ਤੇ ਲੋਕਾਂ ਦਾ ਦਿਲ ਜਿੱਤਿਆ। ਜੇ ਇਹਨਾਂ ਦੇ ਸ਼ੌਂਕ ਬਾਰੇ ਗੱਲ ਕਰੀਏ ਤਾਂ ਬਾਈ ਅਮਰਜੀਤ ਨੂੰ ਕਬੱਡੀ ਖੇਡਣ ਦਾ ਸ਼ੌਂਕ ਹੈ। ਉਹ ਪਹਿਲਾਂ ਕਬੱਡੀ ਵੀ ਖੇਡਦੇ ਰਹੇ। ਇਸ ਤੋਂ ਇਲਾਵਾ ਉਹ ਆਪਣੀ ਬਾਡੀ ਫਿਟਨੈਸ ਨੂੰ ਬਣਾਈ ਰੱਖਣ ਲਈ 1-2 ਘੰਟੇ ਐਕਸਰਸਾਈਜ਼ ਵੀ ਕਰਦੇ ਨੇ। ਉਹਨਾਂ ਦੇ ਗਾਣਿਆਂ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਅਸੀਂ ਉਹਨਾਂ ਦੇ ਗਾਣੇ ਪਰਿਵਾਰ ਵਿੱਚ ਬਹਿ ਕੇ ਸੁਣ ਸਕਦੇ ਹਾਂ। ਸੋ ਇਹ ਸੀ ਪੰਜਾਬੀ ਸਿੰਗਰ ਬਾਈ ਅਮਰਜੀਤ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰੱਖਾ।